सोशल मीडिया ते वीडियो वायरल हो रहा है जिस दे विच नगर निगम दे प्रधान दे मतलब प्रधान दी जेड़ी करतूत है वो वायरल हो रही है। एक गरीब दे उपर उन्हें किस तरह का कीता है और जदों ये धक्के दे बारे उस गरीब ने अलग अलग लोकां नाल जाके गल शेयर कीती है तां इकट्ठे हो गए सड़क दे विच ते प्रधान दी बना दित्ती अरे वेखो वायरल वीडियो। सड़क ते गुजारा करदा बिना लगान दे होए भी हिम्मत करके आपदे परिवार दा पेट पालदा गुजारा करदा है। ਇਹ ਕਮੇਟੀ ਦਾ ਪ੍ਰਧਾਨ ਨਗਰ ਕੌਂਸਲ ਦਾ ਜੀ ਸੁਖਪਾਲ ਸਿੰਘ ਜੀ ਸਾਡੇ ਪਿਆਰੇ ਪ੍ਰਧਾਨ ਜੀ ਇਹਨਾਂ ਨੂੰ ਆ ਕੇ ਕਹਿੰਦੇ ਜੀ ਅੰਬ ਕੀ ਭਾਅ ਨੇ 70 ਰੁਪਏ ਕਿਲੋ ਨੇ ਦੁਕਾਨਦਾਰ ਨੇ ਕਿਹਾ ਜੀ ਨਾਲ ਲੇਡੀ ਸੀ ਕੋਈ ਉਹਦੇ ਨਾਲ ਕੋਈ ਲੇਡੀ ਸੀ ਜੀ ਤੇ ਕਿਹਾ ਵੀ ਭਾਈ ਇਹ ਕਹਿੰਦਾ 70 ਰੁਪਏ ਕਿਲੋ ਨੇ ਕਹਿੰਦਾ ਮੈਂ ਨਗਰ ਕੌਂਸਲ ਦਾ ਪ੍ਰਧਾਨ ਆ ਭਾਈ ਅਸੀਂ ਤਾਂ ਫ੍ਰੀ ਜਾਣਗੇ ਅੰਬ ਐਦੋਂ ਪਹਿਲਾਂ ਵੀ ਫ੍ਰੀ ਦੇਂਦੇ ਸੀ ਅੱਜ ਵੀ ਫ੍ਰੀ ਦੇਵਾਂਗੇ ਵੀ ਤੂੰ ਨਵਾਂ ਦੁਕਾਨਦਾਰ ਤਾਂ ਨਹੀਂ ਆ ਗਿਆ ਵੀ ਤੂੰ ਪ੍ਰਧਾਨ ਨੂੰ ਨਹੀਂ ਜਾਣਦਾ ਮੰਡੀ ਦਾ ਪ੍ਰਧਾਨ ਇਹਦੇ ਦਬਸ਼ ਮਾਰੀ ਇਹ ਗਰੀਬ ਬੰਦਾ ਕਮਾ ਕੇ ਖਾਂਦਾ ਹੈ ਕੋਈ ਮਾੜਾ ਕੰਮ ਕਰਦਾ ਇਹਦੇ ਇਤੋਂ ਬਾਅਦ ਇਸ ਐਮਐਲਏ ਗੁਦਰਾਮ ਜੀ ਕੋਲੇ ਗਿਆ ਉੱਥੇ ਜਾ ਕੇ ਆਪਣਾ ਦੁਖੜਾ ਦੱਸਿਆ ਵੀ ਮੇਰੇ ਨਾਲ ਜੀ ਛੋਟਾ ਪ੍ਰਧਾਨ ਹੈ ਮੈਨੂੰ ਪਰੇਸ਼ਾਨ ਕਰ ਰਿਹਾ ਹੈ ਤਾਂ ਐਮਐਲਏ ਸਾਹਿਬ ਨੇ ਕੋਈ ਇਹਨੂੰ ਠੋਕਵਾਂ ਜਵਾਬ ਨਹੀਂ ਦਿੱਤਾ ਵੀ ਭਾਈ ਤੇਰੇ ਨਾਲ ਧੱਕਾ ਕਰਿਆ ਹੈ ਉਹ ਮੈਂ ਫਰਜ਼ ਮੰਨਦਾ ਹਾਂ ਸੁਖਪਾਲ ਸਿੰਘ ਨੂੰ ਉਸੇ ਟਾਈਮ ਬੁਲਾਵੇ ਵੀ ਕੀ ਗੱਲ ਭਾਈ ਓਏ ਇਹ ਸਮਾਨ ਜਿਹੜੇ ਅੰਬ ਆਉਂਦੇ ਨੇ ਇਹਦੇ ਘਰੇ ਬਣਦੇ ਨੇ ਇਹ ਮੁੱਲ ਲੈ ਕੇ ਆਉਂਦਾ ਦੁਕਾਨਦਾਰ ਜੇ 10 ਰੁਪਏ ਕਮਾ ਲਏ ਸਾਰੇ 10 ਰੁਪਏ ਦੇ ਅੰਬ ਵੀ ਖਰਾਬ ਹੋ ਜਾਂਦੇ ਨੇ ਗਰੀਬ ਬੰਦੇ ਨੂੰ ਇਨਸਾਫ ਦਾ ਕੀ ਦਿਵਾਉਣਾ ਹੈ ਉਲਟਾ ਉਹਨਾਂ ਧੱਕਾ ਕਰਦੇ ਨੇ ਅੱਛਾ ਬੀੜੀ ਪਿੰਦਾ ਨਹੀਂ ਉਹਨੂੰ ਕਹਿੰਦੇ ਜੀ ਫਲੈਸ਼ ਚ ਜਾਣਾ ਛੋਟੀ ਫਲੈਸ਼ ਦੇ ਵਿੱਚ ਜਿਹੜੇ 4 ਕੈਮਰੇ 34,000 ਦੇ ਲੱਗੇ ਨੇ ਤੁਹਾਨੂੰ ਤਾਂ ਦਿਖਾ ਦਿਓ ਪਹਿਲਾਂ ਜਿਹੜੇ 34,000 ਦੇ ਕੈਮਰੇ ਲੱਗੇ ਨੇ ਤੇ 21,500 ਦੀ ਟੈਂਕੀ ਲੱਗੀ ਹੈ ਫਲੈਸ਼ ਚ ਔਰ 2150 ਰੁਪਏ ਟੈਂਕੀ ਨੂੰ 21,500 ਦੀ ਟੈਂਕੀ ਦਾ ਬਿੱਲ ਪਾਸ ਕਰਤਾ ਤੇ 34,000 ਦੇ ਕੈਮਰੇ ਲਾਏ ਨੇ ਜੀ ਲੋਕਾਂ ਨੂੰ ਦੇਖਣਾ ਜੀ ਕਿਹੜਾ ਹਿਸਾਬ ਕਰਦਾ ਕਿਹੜਾ ਵੀੜੀ ਕਿੰਦਾ ਇੱਥੇ ਉਹ ਕੈਮਰੇ ਦਾ ਦਿਖਾ ਦੋ ਤੁਹਾਨੂੰ ਕਿੱਥੇ ਨੇ ਜੀ ਮਾਨਯੋਗ ਪ੍ਰਧਾਨ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਕਹਿਣਾ ਚਾਹੁੰਦੇ ਆ ਵਿੱਚ ਹੋਣਾ ਦਾ ਜੀ ਮੈਂ ਖੁਦ ਵੋਟ ਪਾਈ ਆ ਜੀ ਵੀ 3 ਲੱਖ ਚ ਠੇਕਾ ਸਾਨੂੰ ਦਿਓ ਜੀ ਝਾੜੂ ਚੱਕ ਕੇ ਰੱਖਿਆ ਨੋਟ ਇਕੱਠੇ ਕਰਨ ਪਿੱਛੇ ਤੁਹਾਨੂੰ ਅਸੀਂ ਵੋਟਾਂ ਮੰਨਿਆ ਨੇ ਬਦਲਾਓ ਨੂੰ ਵੀ ਲੋਕਾਂ ਨੂੰ ਬਦਲਾਓ ਆਵੇ 75 ਸਾਲਾਂ ਬਾਗਾ ਵੀ ਸਾਨੂੰ ਕੀ ਪਤਾ ਵੀ ਝਾੜੂ ਵਾਲੇ ਜਮੀ ਝਾੜੂ ਫੇਰ ਦੇਣਗੇ ਅਸੀਂ ਮੁੱਖ ਮੰਤਰੀ ਨੂੰ ਭਗਵੰਤ ਮਾਨ ਨੂੰ ਬੇਨਤੀ ਕਰਦੇ ਆ ਕਿ ਤੁਸੀਂ 10 ਤਰੀਕ ਨੂੰ ਮਾਨਸਾ ਫੇਰੀ ਪਾਈ 21 ਤਰੀਕ ਨੂੰ ਬਲਾਡਾ ਫੇਰੀ ਪਾਈ ਜੋ ਫੰਡ ਆਏ ਨੇ ਇਹਨਾਂ ਦੀ ਪੂਰੀ ਇਨਕੁਆਇਰੀ ਕੀਤੀ ਜਾਵੇ ਘਟੀਆ ਮਟੀਰੀਅਲ ਵਰਤ ਰਹੇ ਨੇ ਵਾਟਰ ਵਰਕਸ ਵੀ ਘਟੀਆ ਮਟੀਰੀਅਲ ਵਰਤੇ ਆ ਪੀਐਨਵੀ ਰੋਡ ਤੇ ਵੀ 7 ਫੁੱਟ ਦਾ ਕਬਜ਼ਾ ਕਰਾਇਆ ਜੀ ਇਹਨਾਂ ਨੇ ਨਜਾਇਜ਼ ਜੋ ਕਿ ਉੱਥੇ ਸੂਆ ਟੱਪਦਾ ਸੀਗਾ ਐਮਐਲਏ ਜੀ ਇੰਨੇ ਸਹੀ ਨੇ ਤਾਂ ਉੱਥੇ ਅੱਗੇ ਸਪਸ਼ਟੀਕਰਨ ਦੇਣ ਸਾਨੂੰ ਲੋਕਾਂ ਨੂੰ ਜਨਤਾ ਨੂੰ ਵੀ ਅਸੀਂ ਭਾਈ ਅਸੀਂ ਬਦਲਾਅ ਲਿਆਉਂਦਾ ਬਦਲਾਅ ਲਿਆ ਕੇ ਅਸੀਂ ਕੀ ਕਰਨਾ ਮੁੱਖ ਮੰਤਰੀ ਨੂੰ ਬੇਨਤੀ ਹੈ ਵੀ ਐਮਐਲਏ ਦੇ ਸੁਖਪਾਲ ਪ੍ਰਧਾਨ ਤੇ ਬਣਦੀ ਕਾਰਵਾਈ ਕਰੇ ਜੀ ਇਸ ਬੰਦੇ ਨੂੰ ਇਨਸਾਫ ਦਵਾਇਆ ਜਾਵੇ ਇਹ ਜਿਹੜੀ ਗੁੰਡਾਗਰਦੀ ਕਰਦੇ ਨੇ ਵੀ ਕਮੇਟੀ ਵਾਲੇ ਭੇਜ ਦਾਂਗੇ ਕਮੇਟੀ ਵਾਲੇ ਭੇਜ ਦਾਂਗੇ ਜੀ ਅਸੀਂ ਵੀ ਕੀ ਗੱਲ ਭਾਈ ਇਹ ਅਸੀਂ ਲੋੜ ਪੈਣ ਤੇ ਇਸ ਬੰਦੇ ਦਾ ਜੇ ਇਨਸਾਫ ਨਾ ਮਿਲਿਆ ਤਾਂ ਧਰਨਾ ਵੀ ਲਾਵਾਂਗੇ ਜੇ ਇਹਨੇ ਕੋਈ ਬੀੜੀ ਉਤਪਾਈ ਉਹਦੇ ਕੀਤਾ ਜੁਰਮ ਕੀਤਾ ਉਹਦੀ ਇਹਨੂੰ ਜੁਰਮਾਨਾ ਕਰ ਦੇਣਾ ਜੇ ਕੋਈ ਇਹ ਜੁਰਮ ਕਰਦਾ ਉਹਨੂੰ ਜੁਰਮਾਨਾ ਲਾਓ ਜੇ ਕੋਈ ਸਮਾਨ ਚੱਕਣਾ ਤਾਂ ਸਾਰੀ ਮੰਡੀ ਦੇ ਚੱਕੋ ਇਹਦੇ ਕੱਲੇ ਦੇ ਪਿੰਡ ਲੱਗੇ ਬੀੜੀਆਂ ਸਰਕਾਰ ਨੇ ਬਣਾਈਆਂ ਨੇ ਬੀੜੀਆਂ ਬੰਦ ਕਰਾ ਦਿਓ ਠੇਕੇ ਬੰਦ ਕਰਾ ਦਿਓ ਜਦੋਂ ਕਮਾਈ ਹੁੰਦੀ ਸਰਕਾਰ ਨੂੰ ਪੀਂਦਾ ਨੀ ਬੀੜੀ ਜਿਹੜਾ ਪ੍ਰਧਾਨ ਆ ਉਹ ਕਹਿੰਦਾ ਅਸੀਂ ਤਾਂ ਕਾਰਵਾਈ ਕਰਾਈ ਹੈ ਬੀੜੀ ਪੀਂਦਾ ਬਿਲਕੁਲ ਨਹੀਂ ਬੀੜੀਆਂ ਬੰਦ ਕਰੀਆਂ ਹੋਈਆਂ ਬਿਲਕੁਲ ਬੰਦ ਕਰੀਆਂ ਹੋਈਆਂ ਠੀਕ 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 ਠੀਕ
जे ये मन लेने बीड़िया पींदा भी आ इत्थे कैमरे इन्हां ने 35,000 का एक बिल पाया कैमरे का तू कैमरे दे विच सानू दिखा देना फिर असीं मन जीए हाँ यार तुसी एक टैंकी 21,000 दे बिल पा दे 21,100 दीआं टैंकियां दे ते जिहड़ा 2,000 दा कैमरा ओह 21,000 दा 35,000 दे बिल पाए ने जे किते उत्थे जाके इह बीड़ी पींदा गा ਤਾਂ ਉਹ ਵੀਡੀਓ ਦਿਖਾਓ ਇਹਦਾ ਜੋ ਜੁਰਮਾਨਾ ਬਣਦਾ ਸਿਹਤ ਵਿਭਾਗ ਕਰਦਾ ਗਾ ਚਲਾਨ ਕਰਦਾ ਜਨਕ ਜਨਤਕ ਥਾਵਾਂ ਤੇ ਹਾਂ ਸਾਨੂੰ ਵੀ ਪਤਾ ਵੀ ਬੀੜੀ ਸਿਗਰਟ ਜਰਦਾ ਲਾਉਣਾ ਉੱਥੇ ਉਹ ਜੁਰਮਾ ਜੋ ਇਹਦਾ ਜੁਰਮਾਨਾ ਇਹਨੂੰ ਜੁਰਮਾਨਾ ਲਾ ਦਿਓ ਤੁਸੀਂ ਯਾਰ ਅੰਬ ਚੱਕਣ ਆ ਗਏ ਜੇ ਤੁਹਾਨੂੰ ਅੰਬ ਨਹੀਂ ਦਿੱਤੇ ਹੈਗੇ ਤੁਸੀਂ ਇਹਦਾ ਸਮਾਨ ਚੱਕਵਾ ਤਾ ਇਹ ਤਾਂ ਹਾਲਾਤ ਹੋ ਰਹੇ ਨੇ ਸਾਡੇ ਸ਼ਹਿਰ ਦੇ ਫੁੱਟਲਾਡਾ ਦੇ ਇੰਨਾ ਹੋਇਆ ਕਹਿੰਦਾ ਹੋਇਆ ਜੇ ਕੋਈ ਗਲਤੀ ਹੋਵੇ ਮਾਫ਼ ਕਰਨਾ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।